ਹੈਲੋ ਦੋਸਤੋ, ਗੁੱਡ ਮਾਰਨਿੰਗ। ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਵਲੌਗ ਦੇ ਵਿੱਚ। ਅੱਜ ਦਾ ਵਲੌਗ ਹੈ, ਸਵੇਰੇ ਦੇ ਵੱਜ ਚੁੱਕੇ ਨੇਗੇ 4 ਅਤੇ ਅੱਜ ਆਪਣੇ ਘਰ ਹੈਗੇ ਹੈਗੀ ਪਰਿਵਾਰ ਦੁਪਹਿਰੀ, ਠੀਕ ਹੈ ਜੀ। ਅਤੇ ਆਪਾਂ ਨਹਾ ਧੋ ਕੇ ਸਵੇਰੇ ਸਵੇਰੇ ਰੈਡੀ ਹੋ ਗਏ, ਤੁਸੀਂ ਦੇਖ ਸਕਦੇ ਹੋ, ਠੀਕ ਹੈ। ਅਤੇ ਇੰਨੀ ਸਦੀਆਂ ਮੈਂ ਕਦੇ ਨਹੀਂ ਉੱਠਿਆ, ਅੱਜ ਉੱਠਿਆਗਾ। ਅਤੇ ਅੱਜ ਆਪਣੇ ਘਰ ਹੈਗੇ ਸੰਗਤ ਨੇ ਆਉਣਾ, ਪਰਿਵਾਰ ਦੁਪਹਿਰੀ ਆ, ਜੋ ਕਿ ਤੁਹਾਨੂੰ ਪਤਾ ਹੀ ਹੈ ਠੰਡ ਦੇ ਸਮੇਂ ਦੇ ਵਿੱਚ ਪਰਿਵਾਰ ਤਫੇਰੀਆਂ ਚੱਲਦੀਆਂ ਨੇਗੀਆਂ। ਅਤੇ ਆਪਾਂ ਹੋ ਗਿਆ ਇਸ਼ਨਾਨ ਕਰਕੇ ਜੀ ਤਿਆਰ ਸ਼ਿਆਰ। ਅਤੇ ਆਹ ਦੇਖੋ ਮੈਟ ਸ਼ੈਟ ਵਿਛਾਤੇ ਨੇਗੇ, ਇੱਥੇ ਇੱਥੇ ਬੈਠਣਗੇ ਬਾਬਾ ਜੀ। ਦੇਖੋ ਘਰ ਦੀਆਂ ਸਫਾਈਆਂ ਸਫੂਈਆਂ ਸਾਰੀਆਂ ਕਰਤੀਆਂ। ਹਾਂਜੀ, ਆਪਾਂ ਹੋ ਗਏ ਜੀ ਬਿਲਕੁਲ ਰੈਡੀ, ਅਤੇ ਕੁਛ ਨਹਾ ਰਹੇ ਨੇ। ਆਪਾਂ ਨਹਾ ਲਿਆ, ਦੇਖੋ ਇੱਧਰ ਵੀ ਮੈਟ ਵਗੈਰਾ ਵਿਛਾਤੇ ਆਪਾਂ ਨੇ, ਅਤੇ ਉਰੇ ਵੀ ਉਰੇ ਗੱਦੇ ਗੁੱਦੇ ਲਾਤੇ ਬਾਬੇ ਨੂੰ ਬੈਠਣ ਵਾਸਤੇ, ਦੇਖ ਸਕਦੇ ਹੋ। ਹਾਂਜੀ, ਆਪਾਂ ਹੋ ਗਏ ਨਹਾ ਕੇ ਤਿਆਰ, ਹੁਣ ਮਾਤਾ ਜੀ ਪਾਣੀ ਤੱਤਾ ਕਰ ਰਹੇ ਨੇ ਆਪਣੇ ਇਹਨਾਂ ਵਾਸਤੇ, ਮਾਮਾ ਜੀ ਦਾ ਲੜਕਾ। ਹਾਂ ਬਈ, ਬੜਾ ਸੁਨੇਹਾ ਉੱਠ ਖੜ੍ਹਦਾ ਹੈ, ਹੁਣ ਨੀਵੀਆਂ ਜੀਆਂ ਪਾਈ ਜਾਂਦਾ। ਹੈਲੋ, ਕਿੰਨਾ ਸੋਹਣਾ ਪੌਦਾ ਗਾ, ਇਹਨੂੰ ਕਹਿੰਦੇ ਨੇ ਮੋਰ ਪੰਖੀ। ਅਤੇ ਇਸ ਤਰ੍ਹਾਂ ਦੀ ਆਪਾਂ ਅੰਦਰ ਮੈਟ ਮੂਟ ਵਸਾਏ ਨੇਗੇ, ਅਤੇ ਚਾਦਰਾਂ ਵਗੈਰਾ ਵਸਾਈਆਂ ਨੇ। ਆ ਦੇਖੋ ਸੰਗਤ ਆਉਣ ਵਾਲੀ ਹੈਗੀ, ਪਹੁੰਚਣ ਵਾਲੀ ਆਪਣੇ ਘਰ ਦੇ ਵਿੱਚ। ਹਾਂਜੀ ਦੋਸਤੋ, ਸੰਗਤ ਜੀ ਘਰ ਵਿੱਚ ਪਹੁੰਚਣ ਵਾਲੀ ਹੈ। ਆਹ ਦੇਖੋ ਸਵੇਰ ਦਾ ਇੱਦਾਂ ਦਾ ਵਿਊ ਹੈਗਾ, ਇਹ ਮੁੰਡੇ ਨਹਾ ਧੋ ਕੇ ਰੈਡੀ ਹੋ ਗਏ ਨੇ, ਬਾਰ ਦੇ ਵਿੱਚ ਖੜ੍ਹੇ ਨੇ ਸਵਾਗਤ ਕਰਨ ਵਾਸਤੇ ਸੰਗਤ ਦਾ। ਦੇਖੋ ਆਹ ਦੇਖੋ 5:45 ਹੋ ਗਏ, 4:40 ਹੋ ਰਹੇ ਨੇਗੇ। ਦਰਖਤ ਦੇਖੋ ਕਿੰਨਾ ਸੋਹਣਾ ਲੱਗਦਾ ਸਵੇਰੇ ਸਵੇਰੇ, ਇਹ ਸਵੇਰ ਸਵੇਰ ਦਾ ਵਿਊ ਹੈਗਾ, ਤੁਸੀਂ ਦੇਖ ਸਕਦੇ ਹੋਗੇ। ਅਤੇ ਆਹ ਰੱਖ ਲਿਆ ਆਪਾਂ ਇੱਥੇ ਚਾਹ ਪਾਣੀ ਦਾ ਰਾਸਣ। ਬਸ ਗਲੀ ਦੇ ਵਿੱਚ ਪਹੁੰਚ ਗਈ ਹੈ ਸੰਗਤ। ਹਾਂਜੀ ਵਾਹਿਗੁਰੂ ਜੀ, ਸੰਗਤ ਜੀ ਆ ਗਈ ਘਰ ਦੇ ਵਿੱਚ, ਅਤੇ ਬਸ ਹੁਣ ਘਰ ਦੇ ਵਿੱਚ ਪ੍ਰਵੇਸ਼ ਕਰ ਜਾਣਗੇ। ਕਿਵੇਂ ਬਾਬਾ ਜੀ, ਕਿਵੇਂ? ਧੰਨ ਗੁਰੂ ਨਾਨਕ, ਧੰਨ ਗੁਰੂ ਨਾਨਕ, ਦੂਰ ਜਾਤ ਕੇ ਮੱਥੇ ਦੇ ਨਾਲ ਨਾਮਾ ਕਰਿਆ ਸੰਗਤਾਂ ਦੀ, ਦੂਰ ਚੁੱਕ ਕੇ ਮੱਥੇ ਦੇ ਨਾਲ ਨਾਮਾ ਕਰਿਆ ਸੰਗਤਾਂ ਦੀ, ਦੂਰ ਚੁੱਕ ਕੇ ਮੱਥੇ ਦੇ ਨਾਲ ਨਾਮਾ ਕਰਿਆ ਸੰਗਤਾਂ ਦੀ, ਤੂੰ ਜਪ ਕੇ ਮੱਥੇ ਦੇ ਨਾਲ ਲਾਮਾ ਕਰੇ ਅਨਾ ਸੰਗ ਤਾਂਗੇ, ਤੂੰ ਚੁੱਕ ਕੇ ਮੱਥੇ ਦੇ ਨਾਲ ਲਾਮਾ ਕਰੇ ਅਨਾ ਸੰਗ ਤਾਂਦੀ, ਤੂੰ ਚੁੱਕ ਕੇ ਮੱਥੇ ਦੇ ਨਾਲ ਲਾਮਾ ਕਰੇ ਅਨਾ ਸੰਗ ਤਾਂਦੀ, ਤੂੰ ਚੁੱਕ ਕੇ ਮੱਥੇ ਦੇ ਨਾਲ ਲਾਮਾ ਕਰੇ ਅਨਾ ਸੰਗ ਤਾਂਦੀ, ਚੱਕ ਕੇ ਮੱਥੇ ਦੇ ਨਾਲ ਲਾਮਾ ਕਰੇ ਅਨਾ ਸੰਗ ਤਾਂਦੀ। ਵਾਹਿਗੁਰੂ ਜੀ ਕੀ ਫਤਿਹ। ਜਿਹੜੀ ਮੰਦਰ ਦੇ ਜਾਣ ਵਾਸਤੇ
ਸਾਈ ਉਸ ਗੁਣ ਅਸੀਂ ਨਹੀਂ ਮਨ ਦੇ ਵਿੱਚ ਘਾਟਦੇ ਜਦੋਂ ਅਸੀਂ ਇਸ ਤੋਂ ਬਾਹਰ ਜਾਣਾ ਹੋਵੇ ਕੀਰਤਨ ਤੇ ਜਾਣਾ ਹੋਵੇ ਯਾਤਰਾ ਤੇ ਜਾਣਾ ਹੋਵੇ ਉਦੋਂ ਅਸੀਂ ਖਾਣ ਪੀਣ ਦੇ ਨਾਲ ਲੈ ਕੇ ਜਾਂਦੇ ਹਾਂ ਕਿਉਂ ਸਾਨੂੰ ਰਸਤੇ ਦੇ ਵਿੱਚ ਲੋੜ ਪੈਂਦੀ ਹੈ ਇੱਥੇ ਤੱਕ ਵੀ ਪੈਸਾ ਵੀ ਆ ਕਦੇ ਘੱਟ ਜਾਈਏ ਪੈਸਾ ਵੀ ਅਸੀਂ ਦੂਰਾ ਲੈ ਕੇ ਜਾਂਦੇ ਹਾਂ ਐਸੇ ਕਰਕੇ ਸਾਡੇ ਇਸ ਮੰਦਰ ਦੇ ਪਹੁੰਚਣ ਵਾਸਤੇ ਸੱਚਖੰਡ ਦੁਆਰਾ ਇੰਨਾ ਸੌਖਾ ਨਹੀਂ ਹੈ ਵੀ ਇਸ ਮੰਦਰ ਤੇ ਅਸੀਂ ਪਹੁੰਚ ਜਾਂਦੇ ਹਾਂ ਕਿਉਂ ਇਹਦੇ ਵਾਸਤੇ ਸਾਨੂੰ ਕੀ ਘਾਟਣਾ ਕਰਨੀ ਪਵੇਗੀ ਇਹ ਸੱਚੇ ਪਾਤਸ਼ਾਹ ਦੇ ਜਿਹੜੇ ਮਾਰਗ ਦੇ ਉੱਪਰ ਬਾਣੇ ਪੈਣਗੇ ਇਹਦੇ ਵਾਸਤੇ ਸਾਨੂੰ ਅਮਰਤ ਦਾ ਸੰਭਾਲਣਾ ਪੈਣਾ ਇਹਦੇ ਵਾਸਤੇ ਸਾਨੂੰ ਸਰੀਰ ਦੀ ਸਫਾਈ ਕਰਨੀ ਪੈਣੀ ਆ ਜਿੱਥੇ ਅਸੀਂ ਸਰੀਰ ਦੀ ਸਫਾਈ ਕਰਦੇ ਹਾਂ ਵਸਤਰਾਂ ਦੀ ਸਫਾਈ ਕਰਦੇ ਹਾਂ ਇੱਥੇ ਅਸੀਂ ਆਪਣੇ ਮਨ ਦੀ ਸਫਾਈ ਕਰੀ ਹੈ ਮਨ ਦੀ ਸਫਾਈ ਕਰਨ ਨਾਲ ਲਾਉਣੀ ਹੈ ਬਾਣੀ ਪੜ੍ਹਨ ਦੇ ਨਾਲ ਬਾਣੀ ਸੁਣਨ ਦੇ ਨਾਲ ਇੱਥੇ ਸਾਡੀ ਬੜੀ ਈਰਖਾ ਪੈਦਾ ਹੋ ਗਈ ਹੈ ਈਰਖਾ ਵੈਰ ਕ੍ਰੋਧ ਸਾਨੂੰ ਹੀ ਕਹਿੰਦਾ ਜਿੱਥੇ ਹੋਵੇ ਹੈ ਉੱਥੇ ਨਾਮ ਨਹੀਂ ਜਿੱਥੇ ਨਾਮ ਆ ਉੱਥੇ ਹੋਣੇ ਨਹੀਂ ਬੋਲ ਸਤਨਾਮ ਇਹਨਾਂ ਦਾ ਆਪਣੇ ਦਿਮਾਗ ਦੇਰ ਨਹੀਂ ਹੈ ਇਹ ਦੋਵੇਂ ਥਾਂ ਇੱਕ ਕਰਕੇ ਵੀ ਇਹ ਕਹਿੰਦੇ ਨਹੀਂ ਹੈ ਜਿਵੇਂ ਇੱਕ ਗਲੀ ਦਾ ਉਸਕਾ ਦੂਜੀ ਗਲੀ ਦੇ ਉੱਤੇ ਜਾ ਰਹੇ ਉਸ ਕੰਮ ਚਾਹੀਦਾ ਬੋਲ ਸਤਨਾਮ ਐਸੇ ਕਰਕੇ ਸਾਡੇ ਮਨ ਦੇ ਵਿੱਚ ਕੀਰਤਨ ਦੀ ਵੈਰ ਕ੍ਰੋਧ ਪੈਦਾ ਹੋ ਗਿਆ ਸਾਨੂੰ ਜੀ ਕਹਿੰਦੇ ਆ ਤੇਰੇ ਅੰਦਰ ਇੱਕ ਦੁਆਰ ਖੜੀ ਹੋ ਗਈ ਉਹ ਦੁਆਰ ਕਿਹੜੀ ਹੈ ਉਹ ਕੰਨ ਕਿਹੜੀ ਹੈ ਹੋਵੇਂ
ਕਰੀ ਹੈ ਉਹਦੇ ਨਾਮ ਆਏ ਸਾਡਾ ਜਿੱਥੇ ਅਸੀਂ ਹੋਵੇ ਨਾਲ ਇੱਕ ਦੂਜੇ ਨਾਲ ਬਗੈਰ ਬੋਧ ਰੱਖਦੇ ਹਾਂ ਜੇ ਅਸੀਂ ਇਸ ਮੰਜ਼ਿਲ ਤੇ ਪਹੁੰਚਣਾ ਹੈ ਸਾਰੇ ਵਸਤੂਆਂ ਪਾਸੇ ਕਰਦੀਆਂ ਪੈਣਗੀਆਂ ਜੇ ਕਹਿੰਦੇ ਪੰਡਿਆਂ ਦੇ ਵਿੱਚ ਖੋਜ ਪਾਉਣਾ ਹੋਵੇ ਕੰਡੇ ਪਾਸੇ ਕਰਦੇ ਪੈਣਗੇ ਬੋਲੋ ਸਤਨਾਮ ਕੰਮ ਦਾ ਬੜਾ ਸੁੰਦਰ ਹੁੰਦਾ ਬੜਾ ਸੋਹਣਾ ਹੁੰਦਾ ਬੜਾ ਕੋਮਲ ਹੁੰਦਾ ਉਹਦੇ ਪੱਤੇ ਵੀ ਕੋਮਲ ਹੁੰਦੇ ਆ ਪਰ ਜੇ ਦੇਖੀਏ ਉਹਦਾ ਚਿੱਕੜ ਦੇ ਵਿੱਚ ਹੁੰਦਾ ਬੋਲੋ ਸਤਨਾਮ ਕਿਉਂ ਉਹ ਚਿੱਕੜ ਦੇ ਵਿੱਚ ਰਹਿੰਦੇ ਵੀ ਬੜਾ ਸੁੰਦਰ ਲੱਗਦਾ ਬੜਾ ਸੋਹਣਾ ਲੱਗਦਾ ਕਹਿੰਦੇ ਆ ਬੜਾ ਸੋਹਣਾ ਬੋਲਦਾ ਦੇਖਣ ਜੀ ਕਰਦਾ ਸਾਨੂੰ ਜੀ ਕਹਿੰਦੇ ਆ ਦੁਨੀਆਂ ਤੇਰੇ ਵਾਸਤੇ ਚਿੱਕੜ ਬਣ ਗਈ ਜਿਹੜਾ ਤੂੰ ਨਾਮ ਜਪਦਾ ਕਿਉਂ ਕਹਿੰਦੇ ਆ ਜੇ ਅਸੀਂ ਨਾਮ ਜਪਾਂਗੇ ਜੇ ਅਸੀਂ ਕਮਾਈ ਕਰਾਂਗੇ ਜੇ ਕਿਰਤ ਕਰਾਂਗੇ ਕਿਰਤ ਅਸੀਂ ਸਾਰੀ ਕਰਦੇ ਹਾਂ ਉਹ ਕਿਰਤ ਕਿਹੜੀ ਕਰਦੇ ਹਾਂ ਆਪਣਾ ਪਰਿਵਾਰ ਆਪਣੇ ਬੱਚੇ ਉਹਦੇ ਪਾਲਣ ਵਾਸਤੇ ਪਰ ਸਾਨੂੰ ਨਹੀਂ ਕਹਿੰਦੇ ਕੋਈ ਬੱਚਿਆਂ ਦਾ ਫਿਕਰ ਨਾ ਕਰ ਜਿਹੜੀਆਂ ਗਲਤਾਂ ਤੈਨੂੰ ਮੈਂ ਬਖਸ਼ੀਆਂ ਨੇ ਉਹ ਗਲਤਾਂ ਦਾ ਕੋਈ ਫਿਕਰ ਨਾ ਕਰ ਉਹਦੇ ਵਾਸਤੇ ਮੈਂ ਰੋਜ਼ੀ ਆਪ ਭੇਜਾਂਗਾ ਬੋਲੋ ਸਤਨਾਮ ਪਰ ਤੂੰ ਆਪਣੀ ਰੋਜ਼ੀ ਕਮਾ ਅਸਲ ਆਪਣਾ ਕਮਾ ਜਿਹੜੀ ਆਪਣੀ ਧਨ ਦੀ ਕਮਾਈ ਹੈ ਉਹ ਕਮਾਈ ਕਿਹੜੀ ਹੈ ਨਾਮ ਸਿਮਰ ਭਰਤੀ ਇਹ ਭਰਤੀ ਕਈ ਗੱਲ ਸਾਰੀ ਮੰਨਦੀ ਹੈ
ਇਹ ਸੱਚਖੰਡ ਦਾ ਦਰਬਾਰ ਸਾਨੂੰ ਜੀ ਕਹਿੰਦੇ ਆ ਤੂੰ ਮੇਰੇ ਕੋਲ ਕਦੋਂ ਆਏਗਾ ਕਦੋਂ ਨਾ ਆਏਗਾ ਭਾਵੇਂ ਤੇਰੇ ਦੇ ਵਾਸਤੇ ਬਹੁਤ ਕਮਾਈ ਕਰਨੀ ਪਵੇਗੀ ਧਨ ਦੀ ਕਮਾਈ ਨਹੀਂ ਨਾਮ ਦੀ ਇਹ ਗੱਲਾਂ ਦੇ ਨਾਲ ਅਸੀਂ ਸਾਰੇ ਕਹਿੰਦੇ ਸੱਚਖੰਡ ਦਾ ਦਰਬਾਰ ਸਾਨੂੰ ਮਿਲਦੇ ਗੱਲਾਂ ਦੇ ਨਾਲ ਕਹਿੰਦੇ ਅਸੀਂ ਮਹਾਰਾਜ ਦੇ ਚਰਨਾਂ ਦੇ ਵਿੱਚ ਵਾਜੀਏ ਪਰ ਗੱਲਾਂ ਨਾਲ ਨਹੀਂ ਪਹੁੰਚਿਆ ਜਾਣਾ ਇਹਦੇ ਵਾਸਤੇ ਸਾਨੂੰ ਮਿਹਨਤ ਕਰਨੀ ਪੈਣੀ ਹੈ ਮਿਹਨਤ ਕਰੀ ਨਾਮ ਦੀ ਸਾਨੂੰ ਦੀ ਬਾਣੀ ਜਿਹੜੀ ਹੈ ਗੱਲਾਂ ਨਾਲ ਨਹੀਂ ਪਹੁੰਚਿਆ ਇਹ ਨੀ ਤੇਰਾ ਦੇਸ਼ ਮਾ
ਛੱਡੀਏ ਜੇ ਸੁਰਗਾਨਾ ਆਪਣੇ ਘਰ ਚੱਲੀਏ, ਛੱਡੀਏ ਜੇ ਸੁਰਗਾਨਾ ਆਪਣੇ ਘਰ ਚੱਲੀਏ, ਕਿਉਂਕਿ ਮੋਦੀ ਆਊਗਾ
Thank you.
ਸਾਨੂੰ ਜੋ ਹਰ ਦਰਸ਼ਨ ਕਈ ਦਿਨਾਂ ਤੋਂ ਗੁਰੂ ਦੀਆਂ ਸੰਗਤਾਂ ਦੇ ਵੱਲੋਂ ਰਲ ਮਿਲ ਕੇ
ਜੋ ਗੁਰਦੁਆਰਾ ਸਾਹਿਬ ਦੇ ਵਿੱਚੋਂ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਹਾਜ਼ਰੀਆਂ ਲਗਾ ਕਰਨ, ਪਰਿਵਾਰਾਂ ਦੇ ਵੱਖ ਵੱਖ ਘਰਾਂ ਦੇ ਵਿੱਚ ਸੰਗਤਾਂ ਜੋ ਗੁਰੂ ਦਾ ਅਭਿਆਸ ਕਰਵਾਉਂਦੀਆਂ ਨੇ, ਗੁਰੂ ਦਾ ਅਭਿਆਸ ਕਰਵਾਉਂਦੀਆਂ ਨੇ, ਗੁਰੂ ਦੀਆਂ ਸੰਗਤਾਂ ਦੇ ਜਪ ਕਰਵਾਉਂਦੇ ਨੇ। ਸੋ ਇਸੇ ਤਰ੍ਹਾਂ ਅਗਲੀ ਵਾਰ ਕਰਦਿਆਂ ਹੋਇਆਂ ਜੋ ਅੱਜ ਗੁਰਦੁਆਰਾ ਵੀ ਸਮੂਹ ਪਰਿਵਾਰ ਭਾਈ ਰਹਿਸੋ ਸਿੰਘ ਦੇ ਪਰਿਵਾਰ ਵੱਲੋਂ ਗੁਰੂ ਨਾਨਕ ਸਾਹਿਬ ਜੀ ਦੀ ਯਾਦ ਦੇ ਵਿੱਚ ਗੁਰੂ ਦੀਆਂ ਸੰਗਤਾਂ ਦੇ ਜਨਮ ਕਰਵਾਉਣ ਦਾ ਸਫਲ ਸਮਾਂ ਪ੍ਰਾਪਤ ਹੋਇਆ ਔਰ ਗੁਰੂ ਦਾ ਹਰ ਜਸ ਕਰਵਾਉਣ ਦਾ ਸਫਲ ਸਮਾਂ ਪ੍ਰਾਪਤ ਹੋਇਆ। ਕਿਉਂਕਿ ਮੇਰੇ ਸਤਿਗੁਰੂ ਜੀ ਦਾ ਐਸਾ ਜਸਕ ਹੈ, ਐਸੀ ਬਾਣੀ ਹੈ, ਕਹਿੰਦੇ ਜਿੱਥੇ ਸਮਾਰਕ ਦੀ ਬਾਣੀ ਪੜ੍ਹੀ ਜਾਂਦੀ ਹੈ, ਜਿੱਥੇ ਸਮਾਰਕ ਦਾ ਹਰ ਜਸ ਕੀਤਾ ਜਾਂਦਾ ਹੈ, ਉਹ ਕਰਨੇ ਜਿਹੜੇ ਸੁੰਦਰ ਨੇ, ਸੋਹਣੇ ਲੱਗਦੇ ਨੇ। ਕਿ ਕੋਈ ਆਮ ਕਵੀ ਜਾਂ ਕੋਈ ਲੇਖਕ ਕੋਈ ਆਮ ਮਨੁੱਖ ਕੀ ਕਹਿ ਰਿਹਾ, ਗੁਰੂ ਸਾਹਿਬ ਜੀ ਆਪ ਮੁੱਖ ਦੇ ਰੂਪ ਵਿੱਚ ਕਹਿ ਰਹੇ ਨੇ, ਕੀ ਕਹਿ ਰਹੇ, ਕਹਿੰਦੇ ਜਿੱਥੇ ਨਾਮ ਜਪੀ ਹੈ ਪ੍ਰਭ ਵਿਆਲੇ ਸਿਰ ਹਸਤ ਸੋਏ ਦੁਆਲੇ, ਜਿੱਥੇ ਨਾਮ ਜਪੀ ਹੈ ਗੋਇੰਦਾ ਸੇ ਨਗਰ ਪੁਜਾ ਜੀ, ਜਿੱਥੇ ਕਹਿੰਦੇ ਮਾਲਕ ਪਰਮੇਸ਼ਰ ਦਾ ਨਾਮ ਜਪਿਆ ਜਾਂਦਾ ਹੈ, ਜਿੱਥੇ ਸਮਾਰਕ ਪਰਮੇਸ਼ਰ ਦੀ ਬਾਣੀ ਪੜ੍ਹੀ ਜਾਂਦੀ ਹੈ, ਤੇ ਉਹ ਕਰਨੇ ਜਿਹੜੇ ਉਹ ਸੁੰਦਰ ਲੱਗਦੇ ਨੇ, ਉਹ ਕਰਨੇ ਜਿਹੜੇ ਸੋਹਣੇ ਲੱਗਦੇ ਨੇ, ਤੇ ਉਹ ਘਰਾਂ ਦੇ ਖੁਸ਼ੀਆਂ ਰਹਿੰਦੀਆਂ ਜਿੱਥੇ ਸਮਾਰਕ ਦੀ ਬਾਣੀ ਪੜ੍ਹੀ ਜਾਂਦੀ ਹੈ। ਕਹਿੰਦੇ ਜਿੱਥੇ ਕੋਈ ਸਮਾਰਕ ਪਰਮੇਸ਼ਰ ਦੀ ਯਾਦ ਨੇ, ਜਿੱਥੇ ਸਮਾਰਕ ਪਰਮੇਸ਼ਰ ਦਾ ਕੋਈ ਨਾਮ ਹੀ ਨਹੀਂ ਜਪਿਆ ਜਾਂਦਾ, ਕਹਿੰਦੇ ਉਹ ਪੁਜਾਰਾ ਜੀ ਹੈ, ਜਿੱਥੇ ਨਾਮ ਨਾ ਜਪੀਐ ਗੋਇੰਦਾ ਸਹੀ ਨਗਰ ਪੁਜਾਰੀ ਜੀਓ ਕਰਕੇ ਆਓ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਕਿਰਪਾ ਸਦਕਾ ਜੋ ਇਸ ਪਰਿਵਾਰ ਦੇ ਲੈਣ ਵਿਖੇ ਹੋਈ, ਉਸ ਮਾਲਕ ਦੀ ਬਾਣੀ ਦਾ ਜਸ, ਸੰਗਤ ਦੇ ਚਰਨ ਔਰ ਗੁਰੂ ਦੀ ਸਿਫਤ ਕਰਨ ਦਾ ਸਫਲ ਸਮਾਂ ਜਿਹੜਾ ਪ੍ਰਾਪਤ ਹੋਇਆ। ਇੱਕ ਇੱਕ ਕਰਕੇ ਭਾਈ ਜੋ ਮਾਲਕ ਹੈ, ਬੇਅੰਤ ਹੈ, ਜਿਹਨਾਂ ਨੇ ਕਿਰਪਾ ਕੀਤੀ ਹੈ, ਉਹ ਮੇਰਾ ਮਾਲਕ ਸਤਿਗੁਰੂ ਜੀ ਕਿਰਪਾ ਕਰ ਰਿਹਾ। ਸਤਿਗੁਰੂ ਜੀ ਆਪ ਜੀ ਨੇ ਕਿਤਨੀ ਸੋਹਣੀ ਕਿਰਪਾ ਕੀਤੀ ਹੈ, ਮੈਂ ਆਪ ਜੀ ਦੇ ਗੁਣ ਕਿਹੜੇ ਕਿਹੜੇ ਗੁਣ ਬਿਆਨ ਕਰਾਂ, ਤੇਰੇ ਕਾਮ ਕਰਨ ਗੁਣ ਕਹਿ ਕੇ ਗਾਵਾਂ, ਉਹ ਸਾਰੇ ਗੁਣੀ ਨੇ ਦਾਨਾ ਤੁਮਰੀ ਮਹਿਮਾ ਵਰਨਾ ਸਾਕੋ ਉਠਾਰ ਉਠ ਬਦਵਾਨਾ, ਸੇਵਾ ਏਕ ਕਾਮਨ ਗੁਣ ਕਰੀਐ ਬੇਸਮਾਰ ਬਿਆਤ ਸੁਆਮੀ ਤੇ ਵੰਦਨਾ ਕਰੀ ਗਈ। ਕਿਉਂਕਿ ਉਹ ਮਾਲਕ ਹੈ ਜਿਹੜਾ ਪਰਮੇਸ਼ਰ ਹੈ, ਬੇਅੰਤ ਹੈ, ਉਹ ਕਿਰਪਾ ਕਰਦਾ ਹੈ, ਰਹਿਮਤ ਕਰਦਾ ਹੈ, ਉਹ ਕਿਸੇ ਨਾਲ ਕੋਈ ਵੀ ਈਰਖਾ ਦਵੈਸ਼ ਕੋਈ ਵੀ ਵੈਰ ਵਿਰੋਧ ਨਹੀਂ ਕਰਦਾ, ਪਰ ਮਨੁੱਖ ਦੇ ਕਰਮਾਂ ਅਨੁਸਾਰ ਜਿਹੜਾ ਪਰ ਮਨੁੱਖ ਹੈ ਜਿਹੜਾ ਇਹੋ ਜਿਹਾ ਮਨੁੱਖ ਹੈ, ਇਹੋ ਜਿਹਾ ਜੋ ਜੇ ਥੋੜ੍ਹਾ ਬਹੁਤਾ ਵੀ ਦੁੱਖ ਆ ਜੂਗਾ ਤਾਂ ਉਸ ਮਾਲਕ ਨੂੰ ਰੋਸੇ ਦਿਖਾਉਣ ਲੱਗ ਜਾਵੇਗਾ, ਪਰ ਇਹ ਦੁੱਖ ਹੈ ਜਿਹੜਾ ਉਸਨੂੰ ਉਸਦੇ ਕਰਮਾਂ ਅਨੁਸਾਰ ਜਿਹੜਾ ਮਿਲਿਆ ਹੁੰਦਾ ਹੈ। ਉਹ ਮਾਲਕ ਕਿਸੇ ਨੂੰ ਕੋਈ ਵੀ ਦੁੱਖ ਦੇ ਕੇ ਗਾ ਨਹੀਂ, ਪਰ ਜਿਹੜੇ ਮਨੁੱਖ ਕਰਮ ਬੀਜਦਾ ਹੈ ਤੇ ਉਸੇ ਤਰ੍ਹਾਂ ਦੇ ਮਨੁੱਖ ਨੂੰ ਉਹੇ ਜਿਹੇ ਫਲ ਮਿਲਦੇ ਨੇ, ਕਿਉਂਕਿ ਜੈਸਾ ਵੀ ਜੈ ਸੋਨ ਹੈ ਕਰਮਾਂ ਸੁੰਦਰ ਦਾ ਖੇਤ, ਜੈਸਾ ਮਨੁੱਖ ਬੀਜੇਗਾ ਉਹੇ ਜਿਹਾ ਹੀ ਉਸਨੂੰ ਫਲ ਮਿਲੇਗਾ। ਜੇ ਚੰਗਾ ਕਰਮ ਕਰਾਂਗੇ ਤਾਂ ਆਪਣਾ ਚੰਗਾ ਹੋਵੇਗਾ, ਜੇ ਆਪਾਂ ਕਿਸੇ ਦਾ ਬੁਰਾ ਕਰਾਂਗੇ ਤਾਂ ਆਪਣਾ ਬੁਰਾ ਹੋਵੇਗਾ। ਇਸੇ ਕਰਕੇ ਸਤਿਗੁਰੂ ਜੀ ਸਾਨੂੰ ਕਹਿੰਦੇ ਨੇ ਇਹ ਮਨੁੱਖ, ਕਿਉਂਕਿ ਅਸਲ ਸਾਡੇ ਗੁਰੂ ਸਾਹਿਬਾਨਾਂ ਦਾ ਸਿਧਾਂਤ ਹੈ, ਜੋ ਮਾਲਕ ਪਰਮੇਸ਼ਰ ਦਾ ਹੁਕਮ ਹੈ, ਇਹ ਸਾਰਿਆਂ ਦੀ ਭਲੇ ਦੀ ਅਰਦਾਸ, ਸਾਰਿਆਂ ਦਾ ਚੰਗਾ ਮੰਗ, ਜੇ ਤੂੰ ਕਿਸੇ ਦਾ ਚੰਗਾ ਮੰਗੇਗਾ, ਚੰਗਾ ਚੰਗੇ ਦੀ ਅਰਦਾਸ ਕਰੇਗਾ, ਭਲੇ ਦੀ ਅਰਦਾਸ ਕਰੇਗਾ, ਤਾਂ ਸਤਿਗੁਰੂ ਜੀ ਕਹਿੰਦੇ ਤੇਰਾ ਵੀ ਭਲਾ ਹੋਵੇਗਾ। ਜੇ ਉਹ ਪਰਿਵਾਰ ਖੁਸ਼ੀ ਬਖਸ਼ੀ ਹੈ, ਜੇ ਉਹਨਾਂ ਦੀ ਖੁਸ਼ੀ ਦੇ ਵਿੱਚ ਤੂੰ ਵੀ ਖੁਸ਼ੀਆਂ ਮਨਾਵੇਂਗਾ ਤਾਂ ਖੁਸ਼ੀ ਤੇਰੇ ਘਰ ਹੀ ਆਵੇਗੀ, ਪਰ ਉਸਦੇ ਘਰ ਆਈ ਖੁਸ਼ੀ ਤੇ ਸਾਜ ਨਾ, ਤਾਂ ਸਮਝ ਤੂੰ ਵੀ ਖੁਸ਼ ਹੋ, ਸਤਿਗੁਰੂ ਜੀ ਕਹਿੰਦੇ ਨੇ ਤਾਂ ਤੇਰੇ ਵਰਗੀ ਘਰ ਵੀ ਖੁਸ਼ੀਆਂ ਆਉਣਗੀਆਂ। ਇਸੇ ਕਰਕੇ ਪਾਤਸ਼ਾਹ ਮਹਾਰਾਜ ਜੀ ਕਹਿੰਦੇ ਨੇ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਗੀ ਸਰਬੰਸ ਦਾ ਭਲਾ, ਪਰ ਇਹ ਵੀ ਭਲਾ ਮੰਗਣਾ ਜਿਹੜਾ ਗੁਰੂ ਜੀ ਕਿਰਪਾ ਦੇ ਨਾਲ ਹੀ ਇਸ ਤਰ੍ਹਾਂ ਦਾ ਜੋ ਮਨੁੱਖ ਦੇ ਮਨ ਦੇ ਸਮਾਂ ਜਦੋਂ ਆਪਾਂ ਗੁਰੂ ਅੱਗੇ ਅਰਦਾਸ ਕਰਾਂਗੇ, ਸਤਿਗੁਰੂ ਜੀ ਕਿਰਪਾ ਕਰੋ, ਮਿਹਨਤ ਕਰੋ, ਦਇਆ ਕਰੋ ਕਿ ਮੇਰੇ ਹੱਥਾਂ ਕੋਲੋਂ
ਮੇਰੇ ਅੰਦਰੋਂ ਕਿਸੇ ਦਾ ਬੁਰਾ ਨਾ ਹੋਵੇ ਤੇ ਨਾ ਹੀ ਮੈਂ ਕਿਸੇ ਦਾ ਬੁਰਾ ਸੋਚਾਂ। ਐਸੇ ਮੇਰੇ ਅੰਦਰ ਗੁਣ ਪੈਦਾ ਕਰੋ ਜੋ ਆਪ ਜੀ ਦੇ ਚਰਨਾਂ ਦੇ ਵਿੱਚ, ਉਹਨਾਂ ਗੁਣਾਂ ਦੇ ਨਾਲ ਮੈਂ ਆਪ ਜੀ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋਵਾਂ। ਇਸ ਕਰਕੇ ਜਿਨ੍ਹਾਂ ਦੀਆਂ ਯਾਦਾਂ ਆਪਾਂ ਮਨਾ ਰਹੇ ਹਾਂ, ਜਿਨ੍ਹਾਂ ਦੀਆਂ ਯਾਦਾਂ ਆਪਾਂ ਮਨਾ ਰਹੇ ਹਾਂ, ਜਿਨ੍ਹਾਂ ਦੀ ਯਾਦ ਦੇ ਵਿੱਚ ਆਪਾਂ ਪਰਮੇਸ਼ਰ ਦੀ ਯਾਦ ਦੇ ਵਿੱਚ ਜੁੜ ਬੈਠੇ ਹਾਂ, ਤੇ ਉਹਨਾਂ ਦੀ ਅਸਲ ਜੋ ਪਵਿੱਤਰ ਬਾਣੀ ਹੈ, ਜੋ ਗੁਰਬਾਣੀ ਦੇ ਸ਼ਬਦ ਨੇ, ਉਹ ਹਿਰਦੇ ਦੇ ਵਿੱਚ ਵਸਾਉਣਾ ਕਰੀਏ, ਤਾਂ ਕਿ ਸਾਡਾ ਵੀ ਮਨੁੱਖਾ ਜਨਮ ਹੈ ਜਿਹੜਾ ਉਹ ਸਫਲਾ ਹੋ ਜਾਵੇ ਅਤੇ ਆਪਣਾ ਆਇਆ ਸਫਲ ਹੋ ਜਾਵੇ। ਕਿਉਂਕਿ ਇਸ ਸੰਸਾਰ ਦੇ ਵਿੱਚ ਆਪਾਂ ਆਏ ਹਾਂ ਸਾਰੇ ਲਾਹਾ ਲੈਣ। ਲਾਹਾ ਕਿਸ ਤੋਂ ਲੈਣਾ ਹੈ? ਸਤਿਗੁਰਾਂ ਦੀ ਗੁਰਬਾਣੀ ਤੋਂ। ਚੰਗੇ ਕੰਮ ਕਰਕੇ ਭਾਵ ਕੇ, ਬਾਣੀ ਪੜ੍ਹ ਕੇ, ਬਾਣੀ ਸੁਣ ਕੇ ਕੋਈ ਐਸਾ ਬੁਰਾ ਕੰਮ ਨਾ ਕਰੀਏ ਕਿ ਉਸ ਮਾਲਕ ਦੇ ਚਰਨਾਂ ਦੇ ਵਿੱਚ ਆਪਾਂ ਨੂੰ ਸ਼ਰਮਿੰਦਾ ਹੋਣਾ ਪਵੇ। ਕਿਉਂਕਿ ਜਿਹੜਾ ਸੰਸਾਰ ਦੇ ਵਿੱਚ ਬੁਰੇ ਕੰਮ ਕਰਕੇ ਇਸ ਸੰਸਾਰ ਦੇ ਵਿੱਚੋਂ ਮਨੁੱਖ ਜਾਂਦਾ ਹੈ, ਤਾਂ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਮਤ ਸ਼ਰਮਿੰਦਾ ਥੀ ਵੀ ਸਾਈਂ ਕੈ ਦਰਬਾਰੀ। ਕਹਿੰਦੇ ਸਤਿਗੁਰੂ ਜੀ ਕਹਿੰਦੇ ਨੇ, ਕਹਿੰਦੇ ਜਿਹੜਾ ਇਸ ਸੰਸਾਰ ਦੇ ਵਿੱਚ ਬੁਰੇ ਕੰਮ ਕਰਕੇ ਜਾਂਦਾ ਹੈ, ਤੇ ਕਹਿੰਦੇ ਉਸਨੂੰ, ਕਹਿੰਦੇ ਇਸ ਤਰ੍ਹਾਂ ਦੀਆਂ ਲਾਹਨਤਾਂ ਜਿਹੜੀਆਂ ਪੈਂਦੀਆਂ ਨੇ, ਮਤ ਸ਼ਰਮਿੰਦਾ ਥੀ ਵੀ ਸਾਈਂ ਕੈ ਦਰਬਾਰੀ। ਤੇ ਜਿਹੜਾ ਚੰਗੇ ਕੰਮ ਕਰ ਰਿਹਾ ਇਸ ਸੰਸਾਰ ਦੇ ਵਿੱਚ, ਅਮਲ ਕਰਨ ਦੇ ਦੁਨੀਆਂ ਵਿੱਚ ਦਰ ਗਏ ਆਏ ਕੰਮ। ਤੇ ਇਸੇ ਕਰਕੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਆਪਾਂ ਨੂੰ ਗੁਰਬਾਣੀ ਦੇ ਰਾਹੀਂ ਸਮਝਾਉਣਾ ਕਰਦੇ ਨੇ, ਤੇ ਗੁਰਬਾਣੀ ਦੇ ਰਾਹੀਂ ਸਾਨੂੰ ਦੱਸਦੇ ਨੇ ਕਿ ਇਹ ਮਨੁੱਖ, ਜੇ ਤੂੰ ਮਨੁੱਖਾ ਜਨਮ ਸਫਲਾ ਕਰਨਾ ਹੈ, ਸੁੱਖ ਲੈਣਾ ਹੈ, ਤਾਂ ਉਸ ਮਾਲਕ ਦੀ ਬਾਣੀ ਪੜ੍ਹ, ਭਲੇ ਕੰਮ ਕਰ ਤੇ ਉਸ ਮਾਲਕ ਦਾ ਨਾਮ ਜਪ। ਕਿਉਂਕਿ ਚੰਗੇ ਕਰਮ ਕੀਤੇ ਹੋਏ ਉਸ ਮਾਲਕ ਦੇ ਚਰਨਾਂ ਦੇ ਵਿੱਚ ਆਪਾਂ ਨੂੰ ਪ੍ਰਵਾਨ ਕਰਵਾ ਦੇਣਗੇ। ਕਿਉਂਕਿ ਨੇਤਰੀ ਸਤਿਗੁਰ ਵੇਖਣਾ, ਸ੍ਰਵਣੀ ਸੁਣਨਾ ਮਾਓ, ਸਤਿਗੁਰ ਸੇਤੀ ਦਿੰਦੇ ਆ ਦਰ ਗਏ ਪਾਈ ਠਾਓ। ਤੇ ਸਾਨੂੰ ਇੱਧਰ ਉੱਧਰ ਭਟਕ ਦੀ ਲੋੜ ਨਹੀਂ। ਜੇ ਆਪਣੇ ਨੇਤਰਾਂ ਦੇ ਨਾਲ ਗੁਰੂ ਦੇ ਦਰਸ਼ਨ ਕਰਾਂਗੇ, ਆਪਣੇ ਕੰਨਾਂ ਦੇ ਨਾਲ ਨਿੰਦਿਆ ਦੁਗਲੀ ਦੁਨਿਆਵੀ ਉਹ ਸੁਣਨਾ ਛੱਡ ਕੇ ਉਸ ਮਾਲਕ ਦੀ ਸਿਰਫ ਸੁਣਾਂਗੇ, ਉਸ ਪ੍ਰਭੂ ਪਰਮੇਸ਼ਰ ਦੇ ਪਿਆਰ ਦੇ ਵਿੱਚ ਰਤੇ ਜਾਵਾਂਗੇ, ਤਾਂ ਸਤਿਗੁਰੂ ਦੀ ਕਿਰਪਾ ਹੋਵੇਗੀ, ਤਾਂ ਦਰਗਹਿ ਪਾਈਏ ਠਾਓ, ਤਾਂ ਉਸ ਮਾਲਕ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋਵਾਂਗੇ। ਪ੍ਰਵਾਨ ਅਸੀਂ ਫਿਰ ਹੋਵਾਂਗੇ ਸਾਰਿਆਂ ਦੇ ਲਈ, ਸਾਰਿਆਂ ਦਾ ਭਲਾ ਕਰਾਂਗੇ, ਸਾਰਿਆਂ ਦੀ ਅਰਦਾਸ ਬੇਨਤੀ ਕਰਾਂਗੇ। ਕਿਉਂਕਿ ਇਸ ਦੇ ਨਾਲ ਹੀ ਉਸ ਮਾਲਕ ਦੇ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋਵਾਂਗੇ, ਆਪਾਂ ਨੂੰ ਫਿਰ ਹੀ ਸੁੱਖ ਲੈਣਾ ਹੈ। ਇਸੇ ਕਰਕੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਮੰਗਿਆ ਕਰ ਵੇ ਮਨਾ ਮੁਕਤ ਮੀਨਾ ਸਭ ਦਾ ਸਭ ਦੁਨੀਆ ਵੀ ਜਾਰੀਆ ਮੰਗਿਆ।
Thank you.
ਸਾਨੂੰ ਮਿਲਿਆ ਹੈ
ਸਤਿਗੁਰ ਦੀ ਕਿਸਮ ਅਸੀਂ ਇਸੇ ਤਰ੍ਹਾਂ ਸੰਭਾਲ ਕੇ ਰੱਖੀਏ ਇਸਦਾ ਲਾਭ ਹੈ ਸਤਸੰਗਤ ਦੇ ਦੂਸਰਾਂ ਨੂੰ ਮਿਲਦਾ ਰਹੇ ਇਤਿਹਾਸ ਸੁਣਾ ਕੇ ਜਿਹੜਾ ਸਾਡਾ ਮਨੁੱਖਾਂ ਜਨਮ ਦੇ ਲਈ ਕੁੱਝ ਫਲ ਕੁੱਝ ਗੱਡੀਆਂ ਕਰਦੀਆਂ ਗਈਆਂ ਅਤੇ ਇਹਨਾਂ ਦੇ ਵਿੱਚ ਇਸ ਸਤਸੰਗਤ ਦੇ ਵਿੱਚ ਸਾਰੀਆਂ ਜਿਹੜੀਆਂ ਕਰੀਆਂ ਨੂੰ ਇਹਨਾਂ ਫਲਾਂ ਸੌ ਸਤਿ ਸ਼੍ਰੀ ਅਕਾਲ।
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਕਰਾਉਣ ਦਾ ਸੁਪਾਲ ਸਮਾਂ ਬਖਸ਼ਦੇ ਰਹਿਣ। ਬਿਆਲੀ ਤਰਤਾਲੀ ਦਿਨਾਂ ਜੋ ਸਤਸੰਗਤ ਕਰਨ ਦਾ ਹਰ ਜਸ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋਇਆ। ਇਸ ਕਰਕੇ ਆਓ ਵੱਧ ਤੋਂ ਵੱਧ ਕੋਸ਼ਿਸ਼ ਕਰਿਆ ਕਰੋ, ਅੰਮ੍ਰਿਤ ਵੇਲੇ ਉੱਠ ਕੇ ਸਤਸੰਗਤ ਦੇ ਵਿੱਚ ਹਾਜ਼ਰੀਆਂ ਲਵਾਇਆ ਕਰੀਏ ਭਾਈ, ਕਿਉਂਕਿ ਇਹ ਸਮਾਂ ਜਿਹੜਾ ਵਾਰ ਵਾਰ ਨਹੀਂ ਮਿਲਦਾ। ਇਸ ਕਰਕੇ ਮਨੁੱਖਾ ਜਨਮ ਹੈ ਜਿਹੜਾ ਵਾਰ ਵਾਰ ਨਹੀਂ ਮਿਲਦਾ, ਇਸ ਮਨੁੱਖੇ ਜਨਮ ਨੂੰ ਸਫਲਾ ਬਣਾਈਏ। ਸੋ ਜੋ ਕੱਲ੍ਹ ਦੀ ਪ੍ਰਭਾਤ ਫੇਰੀ ਹੈ ਭਾਈ, ਜੋ ਜਲਵੇੜੇ ਤੋਂ ਪਰਿਵਾਰ ਰਹਿੰਦਾ ਹੈ, ਜਿੱਥੇ ਭਾਈ ਗੁਰਪਾਲ ਸਿੰਘ ਸੋਨੀ ਭਗਤ ਦੇ ਘਰ ਪ੍ਰਭਾਤ ਫੇਰੀ ਸੀ 7 ਤਾਰੀਖ ਦੀ, ਉਹਨਾਂ ਦੇ ਨਜ਼ਦੀਕ ਹੀ ਭਾਈ ਜਲਵੇੜੇ ਤੋਂ ਪਰਿਵਾਰ ਹੈ, ਜੋ ਉਹਨਾਂ ਦੇ ਘਰ ਜੋ ਪ੍ਰਭਾਤ ਫੇਰੀ ਹੈ। ਸੋ ਬੇਨਤੀ ਹੈ ਕੱਲ੍ਹ ਦੀ ਪ੍ਰਭਾਤ ਫੇਰੀ ਜੋ ਇੱਥੇ ਹੀ ਟਿੱਬਿਆਂ 'ਤੇ ਉਹਨਾਂ ਦਾ ਘਰ ਹੈ, ਸੋ ਬੇਨਤੀ ਹੈ ਸੰਗਤਾਂ ਨੂੰ ਗੁਰਦੁਆਰਾ ਸਾਹਿਬ ਦੇ ਵਿੱਚ 4:20 ਸਾਢੇ 4 ਵਜੇ ਚਾਲੇ ਮਾਰਨੇ ਹੁੰਦੇ ਨੇ। ਸੋ ਜੇ ਕੋਈ ਅੱਗੇ ਪਿੱਛੇ ਰਹਿ ਜਾਂਦਾ ਹੈ ਸੋ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ। ਸੋ ਕੱਲ੍ਹ ਹਾਂਜੀ ਮਾਤਾ ਜੀ ਨੇ ਅੰਦਰ ਪ੍ਰਸ਼ਾਦ ਵੰਡਤਾ ਬਿਸਕੁਟਾਂ ਦਾ, ਹੁਣ ਮਾਤਾ ਜੀ ਪ੍ਰਸ਼ਾਦ ਬਾਹਰ ਵੰਡ ਰਹੇ ਨੇਗੇ। ਜੋ ਸੰਗਤ ਬਾਹਰ ਖੜ ਗਈ ਸੀ ਆ ਕੇ, ਅਤੇ ਇਹਦੇ ਵਿੱਚ ਸੰਗਤ ਚਾਹ ਪੀ ਰਹੀ ਹੈਗੀ। ਵਾਹਿਗੁਰੂ ਜੀ ਲੋ ਜੀ, ਸਵਾਗਤੀ ਕਰਤੀ, ਚਾਹ ਪਾਣੀ ਦੇ ਲੰਗਰ ਪਾਣੀ ਛਕ ਲਿਆ, ਅਤੇ ਸੰਗਤਾਂ ਜੀ ਹੁਣ ਗੁਰਦੁਆਰਾ ਸਾਹਿਬ ਵੱਲ ਵਾਪਸੀ ਕਰ ਰਹੀਆਂ ਨੇਗੀਆਂ। ਵਾਹਿਗੁਰੂ ਵਾਹਿਗੁਰੂ ਸਤਨਾਮ। ਲਓ ਜੀ ਅੰਦਰੋਂ ਸਫਾਈ ਸਫੂਈ ਦੀ ਸੈਟਿੰਗ ਕਰ ਰਹੇ ਨੇ, ਮੈਟ ਮੂਟ ਇਕੱਠੇ ਕਰ ਰਹੇ ਨੇ।